न्यूज दोस्तों, वीवीटी न्यूज की तरफ से मैं आज एक ऐसी मुहिम लेकर आई हूँ जो नशा मुक्त भारत के लिए है। दोस्तों, नशा सेहत के लिए हानिकारक है। जिस तरह तेजी के साथ युवाओं में नशा बढ़ता ही जा रहा है, वो ये नहीं देख पा रहे कि किस तरह बीड़ी, सिगरेट, गुटखा और शराब उनके सेहत के लिए हानिकारक है। इन सब बुरी लतों से बचने के लिए अपने आस पड़ोस के और ऐसे जगहों का इस्तेमाल ना करें जहां पे, और ऐसी सोसाइटी और ऐसे दोस्तों का साथ ना लें जहां शराब, गुटखा और सिगरेट इन चीजों का इस्तेमाल होता हो। ऐसी दोस्ती नुकसानदेह है, ये भी सेहत के लिए हानिकारक है। दोस्तों, क्या आप जानते हैं जिस धुएं को आप अपने सिगरेट से निकालते हैं वो आपकी सेहत के साथ साथ वो दूसरों के लिए कितनी नुकसानदेह होती है। दूसरों की जान को भी इतना ही खतरा है जितना आप भी, बल्कि ये कहें कि उससे कहीं बढ़ के दूसरे की जान को खतरा है। दोस्तों, हमारा देश एक स्वच्छ अभियान देश है जिसमें भारत में स्वच्छता, स्वच्छ वातावरण में रहना चाहिए। स्वच्छ वातावरण ही सेहत के लिए फायदेमंद। आप जो ये बच्चा सरकारी अस्पताल में उपचाराधीन देख रहे हैं, ये बच्चा जिला मोगा के गांव सिंगावाला के सरकारी हाई स्कूल की 8वीं कक्षा का है, जिसे टीचर ने इसकी बुरी तरह से पिटाई इसलिए कर दी कि बच्चा आज स्कूल में तंग पैंट पहनकर आ गया, जो कि स्कूल के अध्यापक को अच्छी नहीं लगी और अध्यापक ने बच्चे को लातों और घूसों से मारा, जिससे उसके गर्दन और पेट में चोट लगी। तो परिवार वाले बच्चे को सरकारी अस्पताल लेकर आए जहां बच्चे का इलाज चल रहा है। जब इस घटना का पता जिला शिक्षा अधिकारी बलदेव सिंह को चला तो वह भी बच्चे का हाल जानने के लिए सरकारी अस्पताल मोगा पहुंचे और बच्चे के परिवार वालों से मिल उचित कार्रवाई करने का भरोसा देकर चले गए। पेंट मेरे दोस्त ने पाई सी पीड़ी ते पाई सी लक से चढ़ाई से उदू भी तह करके कहें पेंट उच्ची पाई है, उची कहता उची पाई है। बाद मास्टर ने ओदे मारी धोन ते मार के ओदे नीवी पवा के उदू बाद कहता उन्हू चला चला मारा जी, चक चक मारिया, लत्त मारी ओ ढिड च मारी, लत्त एक इत लत्त मारी, बाद टूई च भी लत्त उन्हें काफी लत्त मारिया जी। ਕਿਹੜੇ ਮਾਰੀਆ ਕੀ ਨਾਮ ਪ੍ਰਿੰਸੀਪਲ ਕੌਣ ਸੀ ਸਕੂਲ ਦੇ ਵਿੱਚ ਟੀਚਰ ਦਾ ਕੌਣ ਸੀ ਦੋਸਤ ਕਲਵੰਤ ਸਿੰਘ ਸਰ ਹੈ ਕਿਹੜੀ ਕਲਾਸ ਪੜ੍ਹਦੇ ਹੋ ਅਸੀਂ 8ਵੀਂ ਸੀ ਚ ਪੜ੍ਹਦੇ ਹਾਂ ਸਰਕਾਰੀ ਹਾਈ ਸਕੂਲ ਸਿੰਘਾਵਾਲੇ ਦਾ ਜੀ ਕੀ ਘਟਨਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹ ਚਲਾ ਗਿਆ ਪਰੀ ਅਤੇ ਬਾਅਦ 'ਚ ਸਾਨੂੰ ਉੱਥੇ ਮੈਸਤਰੀ ਲੱਗੇ ਹੋਏ ਸਕੂਲ ਦੇ ਵਿੱਚ ਉਹ ਚੱਕ ਕੇ ਘਰੇ ਲੈ ਗਏ ਜੀ ਮੇਨ ਕਾਰ ਸਰ ਪਿੰਡ ਦਾ ਸੀ ਪਿੰਡ ਪੀੜੀ ਬਾਈ ਹਾਂਜੀ ਪਿੰਡ ਦੀ ਇਹ ਗੱਲ ਤਾਂ ਮੈਂ ਦੱਸਾਂ ਮੈਨੂੰ ਜਦੋਂ ਹੀ ਪਤਾ ਲੱਗਿਆ ਵੀ ਹੁਣੇ ਹੀ ਹਾਲ ਦੱਸਣ ਪਹਿਲਾਂ ਮੈਨੂੰ ਪਤਾ ਲੱਗਿਆ ਦਫ਼ਤਰ ਜਾਂ ਸੂਚਨਾ ਮੈਂ ਤੁਰੰਤ ਹੀ ਇੱਥੇ ਹੋਸਪਿਟਲ ਲਿਆਇਆ ਸਿਵਲ ਹੋਸਪਿਟਲ 'ਤੇ ਖੜਾ ਮੈਂ ਬੱਚਾ ਰਾਜਪ੍ਰੀਤ ਸਿੰਘ 8ਵੀਂ ਕਲਾਸ ਬੱਚਾ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਸਿੰਘਾਵਾਲੇ ਦਾ ਬੱਚਾ ਹੈ ਮੈਂ ਇਸ ਕਰਕੇ ਪਤਾ ਲੈਣ ਆਇਆ ਬੱਚੇ ਨੇ ਮੈਨੂੰ ਦੱਸਿਆ ਕਿ ਉਹਦੇ ਕੋਈ ਸਾਈਡ 'ਤੇ ਮਤਲਬ ਟੀਚਰ ਨੇ ਕੁਛ ਹੱਥ ਨਾਲ ਮਾਰਿਆ ਹੈ ਜਾਂ ਉਹਦੇ ਢਿੱਡ 'ਚ ਕੋਈ ਕੁਛ ਕੀਤਾ ਹੈ ਸੋ ਮੈਂ ਸਮਝਦਾ ਵੀ ਅਸੀਂ ਮੈਂ ਦੇਖਿਆ ਬੱਚਾ ਇਸ ਸਮੇਂ ਕੁਝ ਠੀਕ ਮਹਿਸੂਸ ਕਰ ਰਿਹਾ ਫਿਰ ਵੀ ਮੈਂ ਉਹਦੇ ਪੇਰੈਂਟਸ ਨੂੰ ਕਿਹਾ ਕਿ ਇਹਦੀ ਮੈਡੀਸਨ ਕਰਵਾਈ ਜਾਵੇ ਜਾਂ ਜੋ ਵੀ ਹੈ ਖਾਣ ਪੀਣ ਵਾਸਤੇ ਜੋ ਵੀ ਹੈ ਦੁੱਧ ਵਗੈਰਾ ਚਾਹ ਦਿੱਤੀ ਜਾਵੇ ਤਾਂ ਕਿ ਬੱਚਾ ਜਲਦੀ ਠੀਕ ਹੋ ਸਕੇ ਨਹੀਂ ਇੱਦਾਂ ਗੱਲ ਮਾਮਲਾ ਤਾਂ ਜੇ ਮੈਨੂੰ ਹੁਣ ਪਤਾ ਨਹੀਂ ਲੱਗਿਆ ਨਾ ਉੱਥੇ ਕੀ ਘਟਨਾ ਘਟੀ ਹੈ ਸੁਬਹਾ ਦੀ ਗੱਲ ਦੱਸ ਰਹੇ ਹੈ 9:30 ਦੀ ਅਤੇ ਅਸੀਂ ਇਸ ਚੈੱਕ ਕਰਾਂਗੇ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਜੋ ਵੀ ਹੈ ਬਣਦੀ ਕਰਵਾਈ ਸਰ ਬਤਾਇਆ ਜਾ ਰਿਹਾ ਕਿ ਬੱਚੇ ਕੋਲ ਟਾਈਟ ਪੈਂਟ ਪਹਿਨੀ ਹੋਈ ਸੀ ਇਸਲਈ ਹਮਾਰਾ ਬੇਟਾ ਔਰ ਨਹੀਂ ਇਹ ਮਤਲਬ ਇੱਦਾਂ ਬੱਚੇ ਕਹਿ ਰਿਹਾ ਹੈ ਮੈਨੂੰ ਲੱਗਦਾ ਸ਼ਾਇਦ ਇਹ ਕੋਈ ਟਾਈਟ ਪੈਂਟ ਪਹਿਨਣਾ ਤਾਂ ਕੋਈ ਬੁਰੀ ਗੱਲ ਨਹੀਂ ਠੀਕ ਹੈ ਅਸੀਂ ਕਈ ਵਾਰ ਸਾਰੇ ਵੀ ਪੈਂਟਾਂ 'ਤੇ ਪਾ ਕੇ ਆ ਜਾਂਦੇ ਹਾਂ ਤਾਂ ਹੋ ਸਕਦਾ ਮੈਂ ਸਮਝਦਾ ਵੀ ਮੌਕੇ 'ਤੇ ਕੀ ਗੱਲ ਹੋਈ
ਕਿਸਦੇ ਮਨ ਚ ਕੀ ਗੱਲ ਸੀ ਜਾਂ ਕਿਵੇਂ ਹੋਈ ਉਹ ਅਸੀਂ ਵੈਰੀਫਾਈ ਕਰਾਂਗੇ ਤੇ ਮੁਤਾਬਕ ਕਾਰਵਾਈ ਕਰਾਂਗੇ। ਕਲਾਸ ਕੇ ਬੱਚੋਂ ਕਾ ਕਹਿਣਾ ਕਿ ਇਸਕੋ ਗਿਰਾ ਕਰ ਜ਼ਮੀਨ ਪਰ ਔਰ ਅੱਲਾਹ ਤੁਸੇ ਮਾਰੇ। ਹਾਂ ਮਤਲਬ ਇਹ ਦੱਸ ਰਹੇ ਹਨ ਉਹ ਅਸੀਂ ਵੈਰੀਫਾਈ ਕਰਾਂਗੇ ਉਹਦੇ ਬਾਰੇ, ਮੈਂ ਅਸੀਂ ਖੁਦ ਇਨਕੁਆਇਰੀ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਸਰ ਕਿਆ ਯੂਨੀਫਾਰਮ ਸਕੂਲ ਦੀ ਤਰਫ ਸੇ ਪ੍ਰੋਵਾਈਡ ਕੀ ਜਾਂਦੀ ਹੈ ਬੱਚੋਂ ਨੂੰ? ਯੂਨੀਫਾਰਮ ਅਪ ਟੂ ਕਲਾਸ 8 ਅਸੀਂ ਬੱਚਿਆਂ ਨੂੰ ਖੁਦ ਦਿੰਦੇ, ਵਿਦਿਆਰਥੀਆਂ ਨੂੰ ਖੁਦ ਦਿੰਦੇ। ਸਰ ਅਗਰ ਉਹ ਪੈਂਟ ਟਾਈਟ ਹੈ ਤਾਂ ਉਸਮੇ ਬੱਚੋਂ ਦਾ ਕੋਈ ਫਾਲਟ ਨਹੀਂ? ਇੱਦਾਂ ਨਹੀਂ, ਉਹ ਸਟਿਚਿੰਗ ਹੈ, ਸਟਿਚਿੰਗ ਤਾਂ ਮਤਲਬ ਕਈ ਵਾਰੀ ਅਸੀਂ ਰੈਡੀਮੇਡ ਵੀ ਲੈ ਲੈਂਦੇ ਹਾਂ, ਠੀਕ ਆ ਨਾ, ਜਾਂ ਮੌਕੇ 'ਤੇ ਜਿਹੜੀ ਸਾਡੇ ਸਕੂਲ ਵੱਲੋਂ ਬਣਾਈ ਜਾਂਦੀ ਹੈ, ਅਤੇ ਮੈਂ ਸੁਣਦਾ ਸ਼ਾਇਦ ਟਾਈਟ ਪੈਂਟ ਦਾ ਤਾਂ ਕੋਈ ਮਸਲਾ ਲੱਗਦਾ ਨਹੀਂ ਕੋਈ। ਸਰ ਬੱਚਾ ਬੱਚਾ ਡਰੈਸ ਹੈ ਜੋ ਇਹ ਸਕੂਲ ਦੀ ਤਰਫ ਤੋਂ ਪ੍ਰੋਵਾਈਡ ਕੀਤੀ ਗਈ ਹੈ ਬੱਚਿਆਂ ਨੇ ਕੋਈ ਲਈ? ਨਹੀਂ ਸਰ, ਮੈਂ ਤਾਂ ਕਹਿ ਰਿਹਾ ਕਿ ਜੇ ਯੂਨੀਫਾਰਮ ਆ ਉਹ ਸਾਡੇ ਸਕੂਲ ਪ੍ਰੋਜੈਕਟ ਆ ਜਿਹੜਾ SSA ਪ੍ਰੋਜੈਕਟ ਉਹਦੇ ਵੱਲੋਂ ਦਿੱਤੀ ਜਾਂਦੀ ਹੈ। ਠੀਕ ਆ ਸਰ, ਬੱਚੇ ਨੂੰ ਮੈਂ ਮਿਲਿਆ, ਠੀਕ ਆ, ਉਹਨੂੰ ਹੌਸਲਾ ਦਿੱਤਾ ਵੀ ਕਾਕਾ ਠੀਕ ਮਹਿਸੂਸ ਕਰ, ਅਸੀਂ ਤੇਰੇ ਨਾਲ ਹੀ ਹਾਂ, ਜਸਟਿਸ ਹੋਏਗਾ ਬੱਚੇ ਨੂੰ। ਕੀ ਨਾਮ ਤੁਹਾਡਾ? ਮੇਰਾ ਨਾਂ ਚਮਕੌਰ ਸਿੰਘ ਹੈ ਜੀ, ਅਤੇ ਮੈਂ ਬਾਹਰ ਸੀਗਾ ਕਿਤੇ, ਅਤੇ ਮੇਰੀ ਲੜਕੀ ਨੇ ਫੋਨ ਲਾਇਆ ਵੀ ਐਤਕਾ ਕਰਕੇ ਮਾਸਟਰਾਂ ਨੇ ਮੁੰਡੇ ਨੂੰ ਕੁੱਟਿਆ ਅਤੇ ਜਲਦੀ ਆ ਜਾਓ। ਮੈਂ ਜਲਦੀ ਘਰ ਆਇਆ ਅਤੇ ਮੁੰਡਾ ਮਿਸਤਰੀ ਢਾਲੇ ਉੱਥੇ ਲੱਗੇ ਹੋਏ ਨੇ ਸਾਰੀ ਵਾਲੇ, ਉਹ ਚੱਕ ਕੇ ਲੈ ਕੇ ਆ ਗਏ ਸੀ। ਅਤੇ ਬਾਅਦ 'ਚ ਜਦੋਂ ਮੈਂ ਮੁੰਡੇ ਦੇ ਵੇਖਿਆ ਵੀ ਸੱਟਾਂ ਫੇਟਾਂ, ਇੱਕ ਤਾਂ ਇੱਥੇ ਲੱਤ ਵੱਜੀ ਹੋਈ ਆ ਜੀ, ਪੇਟ ਦੇ ਵਿੱਚ ਕਾਫੀ ਲੱਤਾਂ ਬਾਹਾਂ ਵੱਜੀਆਂ ਸੀਗੀਆਂ ਜੀ। ਅਤੇ ਜਾ ਕੇ ਮਾਸਟਰ ਨੂੰ ਪੁੱਛਿਆ ਜੀ, ਮਾਸਟਰ ਮੇਰੇ ਵੀ ਗੱਲ ਪਵੇ ਜੀ, ਕਹਿੰਦਾ ਤੁਹਾਨੂੰ ਅਸੀਂ ਇੰਨੀ ਵਾਰ ਕਿਹਾ ਵੀ ਆਹ ਨਹੀਂ ਕੰਮ ਕਰਨਾ, ਆਹ ਨਹੀਂ ਕਰਨਾ ਜੀ। ਪੈਂਟ ਹੁਣ ਉਹਦੇ ਬਿਲਕੁਲ ਸੇਮ ਪਾਈ ਵੀ ਸੀ, ਵਧੀਆ ਪਾਈ ਸੀ, ਕੋਈ ਭੀੜੀ ਨਹੀਂ ਸੀ ਪਾਈ ਗਈ। ਕਿਹੜੇ ਸਕੂਲ ਤੁਹਾਡਾ ਬੱਚਾ ਪੜ੍ਹਦਾ? ਗੌਰਮੈਂਟ ਹਾਈ ਸਕੂਲ ਸਿੰਘਾਲਾ ਜੀ। ਕਿਹੜੀ ਕਲਾਸ ਪੜ੍ਹਦਾ? ਅੱਠਵੀਂ ਸੀ। ਜਿਹੜੀ ਅੱਜ ਉਹਦਾ ਕੁੱਟਮਾਰ ਹੋਈ ਹੈ, ਕਿਸ ਕਰਕੇ ਹੋਈ ਹੈ? ਇਹ ਭੀੜੀ ਪੈਂਟ ਕਹਿੰਦੇ ਜੀ, ਭੀੜੀ ਪੈਂਟ ਪਾਈ ਹੈ ਜੀ। ਹੁਣ ਤੁਹਾਡੇ ਬੱਚੇ ਦੀ ਹਾਲਤ ਕਿੱਦਾਂ, ਕੀ ਕਹਿੰਦੇ? ਹੁਣ ਸਾਡੇ ਬੱਚੇ ਦੀ ਹਾਲਤ ਵਿਗੜੀ ਹੋਈ ਹੈ ਜੀ, ਐਕਸਰਾ ਵਗੈਰਾ ਕਰਾਈ ਜਾਂਦੇ, AC ਕਰਾ ਲਈ ਹੈ, ਅਤੇ 2 ਵਜੇ ਐਕਸਰਾ ਹੋਣਾ ਸਾਡਾ, ਉਸ ਤੋਂ ਬਾਅਦ ਡਾਕਟਰਾਂ ਨੇ ਸਾਨੂੰ ਦਵਾਈ ਬੂਟੀ ਦੇਣੀ ਹੈ, ਅਤੇ ਕਲਵੰਤ ਸਾਰਾ ਜੀ ਜਿਹਨੇ ਕੁੱਟਿਆ ਹੈ।